ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕੱਟਾਂਗੇ ਕਛਹਿਰਾ। ਕਛਹਿਰੇ ਕੱਟਣੇ ਵਾਸਤੇ ਸਾਨੂੰ ਚਾਹੀਦਾ 1.5 ਮੀਟਰ ਕੱਪੜਾ। ਆਪਾਂ ਕੱਪੜੇ ਨੂੰ ਪੰਨੇ ਵਾਲੇ ਪਾਸੇ ਨੂੰ ਫੋਲਡ ਕਰ ਲਾਂਗੇ ਅਤੇ ਚੰਗੀ ਤਰ੍ਹਾਂ ਵਿਛਾ ਲਵਾਂਗੇ ਇਹਨੂੰ। ਇਹਨੂੰ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਚਾਰੇ ਪਾਸਿਆਂ ਤੋਂ ਇੱਕ ਸਾਰ। ਅਤੇ ਮੈਂ ਇਹਨੂੰ ਹੁਣ ਇੱਕ ਸਾਰ ਕਰ ਲਿਆ ਹੈ। ਅਤੇ ਮੈਂ ਹੁਣ ਇੰਚੀ ਟੇਪ ਨਾਲ ਇਹਦੀ ਲੰਬਾਈ ਨਾਪਾਂਗੀ। ਲੰਬਾਈ ਹੈ ਇਹਦੀ 19 ਇੰਚ ਅਤੇ ਇਹਦੀ ਚੌੜਾਈ ਨਾਪਾਂਗੀ। ਹੁਣ ਚੌੜਾਈ ਹੈ ਇਹਦੀ 28-29 ਇੰਚ। ਬਾਕੀ ਤੁਹਾਨੂੰ ਜਿੰਨਾ ਵੀ ਘੱਟ ਵੱਧ ਘੇਰ ਰੱਖਣਾ ਹੋਵੇ ਉਹਦੇ ਹਿਸਾਬ ਨਾਲ ਤੁਸੀਂ ਘੱਟ ਅਤੇ ਵੱਧ ਕੱਪੜਾ ਲੈ ਸਕਦੇ ਹੋ। ਅਤੇ ਹੁਣ ਆਪਾਂ ਇਸਨੂੰ ਸਾਰੇ ਨੂੰ ਬਰਾਬਰ 19-19 ਇੰਚ ਚੌੜਾ ਦੇਖ ਲਵਾਂਗੇ ਵੀ ਆਪਣਾ ਕੱਪੜਾ ਚੌੜਾ ਹੈ। ਜੇ ਘੱਟ ਜਾਂ ਵੱਧ ਹੋਵੇ ਤਾਂ ਆਪਾਂ ਇਸਨੂੰ ਇੱਕ ਸਾਰ ਕਰ ਲਾਂਗੇ। ਇੱਕ ਸਾਰ ਕਰਕੇ ਦੇਖਾਂਗੇ ਕਿ ਆਪਣਾ ਕੱਪੜਾ ਪੂਰਾ ਹੈ। ਅਤੇ ਮੈਂ ਹੁਣ ਇਹਨੂੰ ਆਪਣਾ ਇੱਕ ਸਾਰ ਕਰ ਲਿਆ ਅਤੇ ਮੈਂ ਹੁਣ ਉਹਨੂੰ ਦੇਖਾਂਗੀ ਵੀ ਇੱਕ ਸਾਰ ਹੈ ਕਿ ਨਹੀਂ। ਅਤੇ ਮੈਂ ਹੁਣ ਆਪਣਾ ਕੱਪੜਾ ਇੱਕ ਸਾਰ ਕਰ ਲਿਆ 19-19 ਇੰਚ। ਅਤੇ ਮੈਂ ਹੁਣ ਇਹਦੀ ਸਿੱਧਾ ਕਰਕੇ ਕਟਿੰਗ ਕਰਾਂਗੀ। ਮੈਂ ਹੁਣ ਇਹਦੀ ਕਟਿੰਗ ਕਰਨ ਲੱਗੀ ਹਾਂ। ਆ ਪੀਸ ਆਪਣਾ ਕੱਟ ਚੁੱਕਿਆ ਅਤੇ ਆਪਾਂ ਇਸਨੂੰ ਹੁਣ ਸਾਈਡ 'ਤੇ ਰੱਖ ਦੇਵਾਂਗੇ। ਅਤੇ ਹੁਣ ਆਪਾਂ ਨੇ ਜਿਹੜਾ ਬਚਿਆ ਕੱਪੜਾ ਲਵਾਂਗੇ ਅਤੇ ਉਸਨੂੰ ਵੀ ਆਪਾਂ ਡਬਲ ਫੋਲਡ ਕਰ ਲਾਂਗੇ। ਆ ਮੇਰਾ ਕੱਪੜਾ ਡਬਲ ਫੋਲਡ ਮੈਂ ਕਰ ਲਿਆ ਅਤੇ ਇਹਨੂੰ ਆਪਾਂ ਮਿਲ ਲਾਂਗੇ। ਆਪਾਂ ਨੂੰ ਚਾਹੀਦਾ ਹੈ ਜਿੰਨਾ ਚਾਹੀਦਾ ਆਪਾਂ ਨੇ ਉਹਨਾਂ ਮਿਣ ਕੇ ਆਪਾਂ ਨੂੰ ਚਾਹੀਦਾ 3 ਇੰਚ। ਆ 3 ਇੰਚ ਆਪਾਂ ਸਾਰਾ ਬਰਾਬਰ ਕਰਕੇ ਇਹਦੀ ਲੰਬਾਈ ਲੈਣੀ ਆਪਾਂ ਨੇ 29 ਇੰਚ। ਅਤੇ ਇਹਨੂੰ ਆਪਾਂ ਹੁਣ ਕੱਟਾਂਗੇ। ਇਹ ਆਪਣਾ ਮੂਹਰੀਆਂ ਦੇ ਥੱਲੇ ਲਾਉਣ ਵਾਲਾ ਕੱਪੜਾ ਹੈ। ਇਹਦੀ ਆਪਾਂ ਕਟਿੰਗ ਕਰ ਲਵਾਂਗੇ। ਇਹ ਬਿਲਕੁਲ ਸਿੱਧਾ ਆਪਾਂ ਨੇ ਕੱਟਣਾ ਹੈ, ਟੇਢਾ ਵਿੰਗਾ ਨਹੀਂ ਕੱਟਣਾ। ਤਾਂ ਹੀ ਤਾਂ ਆਪਣੀ ਮੂਹਰੀਆਂ 'ਚ ਫਿਰ ਬਲ ਪਊਗਾ। ਇਹਨੂੰ ਆਪਾਂ ਹੁਣ ਇਹ ਡਬਲ ਫੋਲਡ ਸੀ, ਹੁਣ ਇਹਨੂੰ ਆਪਾਂ ਵਿੱਚੋਂ ਕੱਟ ਲਾਂਗੇ। ਇਹ ਵਿੱਚੋਂ ਕੱਟ ਕੇ ਆਪਣੇ ਕੋਲ 3-3 ਇੰਚ ਦੀਆਂ 2 ਮੂਹਰੀਆਂ ਬਣ ਜਾਊਗੀਆਂ। ਇਹ ਆਪਾਂ ਨੇ ਹੁਣ ਕੱਟ ਲਿਆ ਅਤੇ ਹੁਣ ਆਪਣੇ ਕੋਲ 2 ਪੀਸ ਬਣ ਗਏ। ਅਤੇ ਹੁਣ ਆਪਾਂ ਨੇ ਪਹਿਲਾਂ ਜਿਹੜਾ ਪੀਸ ਕੱਟਿਆ ਸੀ ਉਹ ਲਵਾਂਗੇ ਅਤੇ ਉਹਦੇ ਕੰਨੀ ਸਿਲਾਈ ਲਗਾਵਾਂਗੇ ਇੱਥੇ। ਚਲੋ ਅਤੇ ਚੱਲੀਏ ਮਸ਼ੀਨ 'ਤੇ ਅਤੇ ਹੁਣ ਆਪਾਂ ਇਹਦੀ ਸਿਲਾਈ ਲਗਾਵਾਂਗੇ। ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹਦੀ ਦੂਈ ਸਾਈਡ ਤੋਂ ਆ ਖੁੰਜਾ ਚੱਕੂੰਗੇ ਅਤੇ ਇਹਦੇ ਕੱਟ ਲਗਾ ਲਉਂਗੇ ਇੱਥੇ ਆਪਾਂ। ਇਸੇ ਤਰ੍ਹਾਂ ਆਪਾਂ ਦੂਈ ਸਾਈਡ ਵੀ ਕੱਟ ਲਗਾਵਾਂਗੇ। ਅਤੇ ਹੁਣ ਆਪਾਂ ਇਸ ਕੱਟ ਨੂੰ ਅਤੇ ਸਿਲਾਈ ਨੂੰ ਮਿਲਾ ਕੇ ਇਹਦੀ ਆਪਾਂ ਸਿਲਾਈ ਲਗਾਵਾਂਗੇ। ਸਿਲਾਈ ਲਗਾਉਣੀ ਆਪਾਂ ਨੇ ਕੰਨੀ 'ਤੇ, ਇੱਕ ਪੈਰ ਦੀ ਸਿਲਾਈ ਆਪਾਂ ਨੇ ਲਗਾਉਣੀ ਹੈ ਇੱਥੇ। ਆਪਾਂ ਇਸਨੂੰ ਪ੍ਰੋਪਰ
करनी सिलाई के साथ इस तरह अपना दूई साइड भी कटते अस जी पहले अपने सिलाई लगाई उन्होंने मिला के इन सिलाई में पूरा करा सिलाई अपनी कंप्लीट हो चुकी है। इसनू सीधा करके बिछा के प्रोपर तरीके नाल इसनू सार करके ते आपा इंची टेप की मदद दे नाल आपा इसकी रेब वाली रेब कपड़े च निशानी ला लवेंगे ते आपा ने सिलाई वाला पासा उपर रखना है ते निशानी ला के हुण आपा ने इहदा उपर वाला कपड़ा उपर चक के तो थोड़ा जा कट लगाना आपने हाँ आपने उपर उपर वाला कपड़ा चकना कट लगा लवेंगे तो आप हूँ यदी कटिंग कर लेंगे। आपने उपर उपर वाला कपड़ा कटना है जे आपने नीचे वाला ही कपड़ा कट दिया तो अपना गलत हो जाएगा इस करके आपने उपर उपर वाला कपड़ा रेब वाला कट लेना कटिंग अपनी होगी तो आपने हूँ इन सीधा करके आ चौरस अपना हो गया चंगी तरह आप प्रोपर एक सार कर लवेंगे एक सार करके आपां इसमें एक सार करके आपां डबल फोल्ड करांगे डबल फोल्ड कर अपना डबल फोल्ड हो गया तो हुण आपां इहदी डेढ़ इंच की कटिंग वाले पासों आप डेढ़ इंच की इतने निशान लगा लवेंगे इतने आप नाला पाने वास्ते नेफा तैयार करना जिहड़ा जिथे आप नाला पाते हैं अगे की कटिंग कर देंगे आप डबल कपड़े च करनी है आपने कटिंग अपनी होगी तो आप हूँ इसमें दूसरी साइड तो एक सार करके तो जिधर आपने मूरी बनानी है मूरी का निशान लगा लवेंगे मूरी लेनी आपने 11 इंच अपन तुसी अपने अकॉर्डिंग घट वध कर सकते हो तो इतने आप निशान लगा लवेंगे और निशान वाली साइड तो अपन निशान लगा लिया तो हूँ इस साइड तो थोड़ा जा कट लगा के आप बिच की कैंची पा के इनू कट लवेंगे अपनी एक मूरी कट होगी तो इस तरह आपू उपर सही तरह रख के दूई मूरी तो निशान लगा के हूँ आप दूई मूरी कटांगे कट लगा के तो हूँ आप कैंची पा के दूई मूरी भी कट लवेंगे अपनी ये अपना कछहरा कट हो गया तो हूँ आप जिहड़े मूरियां दे थले कपड़ा लाना वो लेके ते आ एक मूरी दा कपड़ा साडा ये हो गया
ਅਤੇ ਦੂਰੀ ਦੂਈ ਮੂਰੀ ਦਾ ਕੱਪੜਾ ਸਾਡਾ ਆ ਹੋ ਗਿਆ। ਅਤੇ ਇਸ ਦੀ ਸਟੀਚਿੰਗ ਆਪਾਂ ਤੁਹਾਨੂੰ ਦੂਈ ਵੀਡੀਓ 'ਚ